ਆਈ ਜਿੱਥਾ ਸੀ ਮੈਂ ਸਾਨੂੰ 92 ਤੋਂ ਇਸ ਪਾਰਟੀ ਨਾਲ ਜੁੜਿਆ ਹੋਇਆ ਜੀ। ਮੈਂ ਮੰਡਲ 12 ਦਾ ਜਨਰਲ ਸੈਕਟਰੀ ਹਾਂ। ਜੇ ਪਾਰਟੀ ਟਿਕਟ ਦਿੰਦੀ ਹੈ ਮੈਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰਕੇ ਪਾਰਟੀ ਦਾ ਨਾਮ ਉੱਚਾ ਕਰਾਂਗਾ। ਮੈਂ ਕਿਰਪਾਲ ਪਾਲੀ, ਪਹਿਲੇ ਵਾਰਡ ਨੰਬਰ 32 ਤੋਂ ਦੋ ਵਾਰ ਜਿੱਤਿਆ, ਮੇਰੀ ਵਾਈਫ ਵੀ ਜਿੱਤੀ, ਪਹਿਲੇ ਮੈਂ ਜਿੱਤਿਆ ਸੀਗਾ ਅਤੇ ਅੱਜ BJP ਦਫ਼ਤਰ ਆਏ ਹਾਂ। ਨਵਾਂ ਵਾਰਡ ਨੰਬਰ ਕਿੰਨਾ ਸਰ? 22 ਦਫ਼ਤਰ ਆਏ ਹਾਂ ਕਿ ਜੇ ਸਾਨੂੰ ਪਾਰਟੀ ਟਿਕਟ ਦਿੰਦੀ ਹੈ ਐਤਕੀ ਤਾਂ ਆਪਾਂ ਤਨ ਮਨ ਨਾਲ ਸੇਵਾ ਕਰਾਂਗੇ ਇਹਨਾਂ ਦੀ। ਅੱਗੇ ਵੀ ਸਾਨੂੰ ਬੜਾ ਮਾਣ ਸੀਗਾ ਇਹਨਾਂ 'ਤੇ, ਹੁਣ ਹੀ ਬਹੁਤ ਮਾਣ ਆ ਅਤੇ ਵੋਟ ਦੇ ਵਿੱਚ ਕੰਮ ਵੀ ਕੀਤੇ ਨੇ। ਜੇ ਕੋਈ ਰਹਿੰਦਾ ਵੀ ਕੰਮ ਹੋਏਗਾ ਤਾਂ ਆਪਾਂ ਅਗਲੀ ਵਾਰ ਜਿਹੜਾ ਜਿੱਤ ਕੇ ਉਹ ਜ਼ਰੂਰ ਕਰਾਵਾਂਗੇ। ਹਾਂਜੀ ਸਰ, ਮੈਂ ਰਵੀ ਮਹਾਜਨ, ਵਾਰਡ ਨੰਬਰ 28 ਤੋਂ ਅਪਲਾਈ ਕੀਤਾ ਹੈ ਔਰ ਪਾਰਟੀ ਨੇ ਮੈਨੂੰ ਜੇ ਮਤਲਬ ਕਿ ਇਸ ਵਾਰਡ ਤੋਂ ਟਿਕਟ ਦਿੱਤੀ ਔਰ ਮੈਂ ਇਸ ਵਾਰਡ ਦੇ ਉੱਤੋਂ ਜੀ ਤਨ ਮਨ ਧਨ ਦੇ ਨਾਲ ਇਸ ਵਾਰਡ ਤੋਂ ਆਪਣੇ ਵਾਰਡ ਦੀ ਸੇਵਾ ਕਰਾਂਗਾ ਔਰ ਆਪਣੇ ਵਾਰਡ ਦੇ ਵਿੱਚ ਮੇਰਾ ਵਾਰਡ, ਮੇਰਾ ਪਰਿਵਾਰ ਇਸ ਗੱਲ ਸੀ ਆਪਣੇ ਉਦੇਸ਼ ਰੱਖ ਕੇ ਇਸ ਵਾਰਡ ਦੇ ਵਿੱਚ ਆਪਾਂ ਕੰਮ ਕਰਨਾ ਔਰ ਜੋ ਵੀ ਮੈਨੂੰ ਇਸ ਵਾਰਡ ਦੇ ਵਿੱਚੋਂ ਜੇਕਰ ਮੈਂ ਜਿੱਤ ਕੇ ਮੈਨੂੰ ਕੋਈ ਜਿੱਤੇ ਹਾਜ਼ਰ ਹੁੰਦੀ ਹੈ ਔਰ ਜੇ ਮੈਂ ਕੌਂਸਲ ਬਣ ਕੇ ਜਾਂਦਾ ਔਰ ਮੈਂ ਵਾਅਦਾ ਕਰਾਂਗਾ ਇਸ ਵਾਰਡ ਦੇ ਆਪਣੇ ਹਰ ਇੱਕ ਘਰ ਦੇ ਵਿੱਚੋਂ ਹਰ ਇਨਸਾਨ ਦੇ ਨਾਲ ਕਿ ਮੈਨੂੰ ਜਿਹੜੀ ਵੀ ਸੈਲਰੀ ਮਿਲੇਗੀ ਮੈਂ ਇਸ ਵਾਰਡ ਦੀ ਡਿਵੈਲਪਮੈਂਟ ਵਾਸਤੇ ਹੀ ਮੈਂ ਕੰਮ ਕਰਾਂਗਾ ਔਰ ਜਿਹੜਾ ਪੈਸਾ ਮੈਨੂੰ ਸੈਲਰੀ ਦਾ ਮਿਲਣਾ ਮੈਂ ਸਾਰੇ ਹਰ ਪਾਰਕ ਦੀ ਡਿਵੈਲਪਮੈਂਟ ਵਾਸਤੇ ਹਰ ਪਾਰਕ ਨੂੰ ਮੈਂ ਪੈਸਾ ਦਿੱਤਾ ਜਾਏਗਾ ਔਰ ਬਾਕੀ ਜੋ ਪ੍ਰਭੂ ਦੀ ਕਿਰਪਾ ਹੋਏਗੀ ਅਤੇ ਮੈਂ ਇਸ ਵਾਰਡ ਦੇ ਵਿੱਚ ਮੈਨੂੰ ਟਿਕਟ ਮਿਲੇ ਔਰ ਮੈਂ ਸੇਵਾ ਦਾ ਵਾਰਡ ਦੇ ਵਿੱਚ ਆਪਣੀ ਸੇਵਾ ਦਾ ਕੰਮ ਕਰਾਂ। ਜੋ ਕੰਮ ਅਧੂਰੇ ਰਹਿ ਗਏ ਆ, ਜੋ ਪੂਰਬ ਆਪਣੇ ਜਿਹੜਾ ਪੁਰਾਣਾ ਆਪਣੇ ਕੌਂਸਲ ਸਾਹਿਬ ਸੀ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤੇ ਗਏ, ਨਾ ਉਹਨਾਂ ਨੇ ਕੋਈ ਡਿਵੈਲਪਮੈਂਟ ਕੀਤੀ ਹੈ, ਨਾ ਕੋਈ ਕੰਮ ਕੀਤਾ, ਜੋ ਕੰਮ ਉਹ ਛੋੜ ਕੇ ਗਏ ਆ, ਮੈਂ ਉਸ ਕੰਮ ਨੂੰ ਉਸ ਤੋਂ ਵੀ ਜ਼ਿਆਦਾ ਕੰਮ ਅੱਛੀ ਤਰ੍ਹਾਂ ਔਰ ਆਪਣਾ ਵਾਰਡ ਨੂੰ ਹਰਿਆਲੀ ਇੰਨੀ ਹਰਿਆਲੀ ਦੇ ਦੇਣੀ ਆ ਕਿ ਕੋਈ ਵੀ ਬੰਦਾ ਜਿਹੜਾ ਨਾ ਸੋਚੇ ਕਿ ਆ ਵਾਰਡ ਦੇ ਵਿੱਚ ਮੈਂ ਕਿਸ ਮਹੱਲੇ ਵਿੱਚ ਕਿਸ ਇਲਾਕੇ ਜਾਓ ਕਹੇਗਾ। ਜੇ ਗਿਆ ਤਾਂ ਮੈਂ 48ਵਾਂ ਵਾਰਡ ਦੇ ਵਿੱਚ ਕੋਈ ਕੰਮ ਦੇਖਿਆ ਤਾਂ ਕੀਤਾ ਔਰ 48ਵਾਂ ਵਾਰਡ ਦੇ ਕੰਮ ਦੇਖੇ ਆ। ਵਾਰਡ ਮਾਤਾ ਕੀ ਜੈ।